ਓਏ 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 ਕੁੱਕੜ ਵਾਲੇ ਆਈਏ ਜੀਓ ਜੀਓ ਪੁੱਛਣਗੇ ਮੋਟੇ ਤਾਜ਼ੇ ਕੁੱਕੜ ਦੇ ਹਰ ਨੇ ਜੀ ਐ ਸਪਲਾਈ ਜਾ ਰਹੀ ਹੈ ਜੀ ਤਾਜ਼ੀ ਕੁੱਕੜ ਚਾਹੀ ਚੋਲੇ ਨੇ ਓ ਤਾਜ਼ੀ ਤੰਦੂਰੀ ਰੋਟੀ ਸਾਗ ਠੀਕ ਹੈ ਜੀ ਰੰਗ ਜ਼ਫਰਾਨ ਕੁਰੈਸ਼ੀ ਤੇ ਉਸਤਾਦ ਅਜ਼ਰਮ ਖਿਆਮ ਨੇ ਸੰਗ ਉਸਤਾਦ ਜੀ ਇਹ ਕਿਆ ਚਾਹਿਆ ਹੈ ਇਹ ਕਿਆ ਟੋਕਰਾ ਜਿਹਾ ਚਾਹੀ ਜਾਂਦਾ ਹੈ ਇਹ ਕਿਆ ਮਾਹੌਲ ਕੋਈ ਦੂਆ ਹੀ ਲੱਗਣਾ ਸਾਜ ਜੀ ਥੋੜਾ ਜਿਹਾ ਅਸਰੋਲਾ ਇਹ ਨਾ ਜਿਆਦਾ ਬੰਦੇ ਨਾਲ ਨਾ ਬਈ ਹੈਲੋ ਜਿਆਦਾ ਬੰਦੇ ਨਾਲ ਨਾ ਬਈ ਇੱਕ ਦੋ ਮੁਰਗੇ ਦੇਸੀ ਔਖੇ ਹੋਣੇ ਹੈਲੋ ਇੱਥੇ ਪੂਰੀ ਦੇਖ ਵੀ ਪਕਣੀ ਹੈਲੋ ਦੇਸੀ ਮੁਰਗੇ ਦਸਣਾ ਨਾ ਜੁਲੀ ਗਏ ਇਹ ਉਠੇ ਇਹ ਬਾਹਰ ਵੀ ਪਕਣੀ ਅੱਛਾ ਤੇ ਪੂਰੇ ਆ ਨਾ ਇਹ ਕੁਸਣਾ ਡੇਰਾ ਸਾਜੀ ਡੇਰਾ ਆਪੂ ਕੱਲੇ ਕੋਲੇ ਸ਼ਨ ਕਰ ਬਾਈ ਆ ਸਾਜ ਹੋ ਗਿਆ ਕਹਿੰਦੇ ਰਾਜਾ ਹਸਨ ਅਖਤਰ ਔਰ ਬੈਠੇ ਮਾਸ਼ਾਅੱਲਾ ਰਾਜਾ ਜੀ ਆਇਸਤਾਦ ਉਹਨਾਂ ਡੇਰੇ ਵੀ ਕਿੰਨੀ ਹੈ ਰਾਜੇ ਸਕਲੇਨ ਉਹਨਾਂ ਨੇ ਤੁਸਾਂ ਨੇ ਬਰਦ ਕੋਸ਼ਿਸ਼ ਕਰੀ ਨਾ ਕਿ ਹਮੇਸ਼ਾ ਦੋਸਤਾਂ ਕੀ ਇਨਵਾਈਟ ਕਰਾਂ ਅੱਛਾ ਸਾਰੇ ਨਾਲ ਹੀ ਹੋਣਾ ਮਿਲ ਬੈ ਕੇ ਇੱਕ ਬਾਣਾ ਆ ਗੱਪਸ਼ਪ ਲਾਉਣ ਨਾਲ ਜੀ ਉਸਤਾਦ ਮੈਂ ਕੋਸ਼ਿਸ਼ ਕਰਨਾ ਆਪਣੇ ਕਲਚਰ ਫੂਡ ਕੀ ਨਾ ਜਿੰਨਾ ਵੀ ਜ਼ਿਆਦਾ ਹੋਈ ਸਕੇ ਪ੍ਰਮੋਟ ਕਰਾਂ ਓਏ ਹੋਏ ਤੇ ਮੈਂ ਸਮਝਦਾ ਇਸ ਤਰ੍ਹਾਂ ਸਿਫਰੇ ਦੀ ਕੜੀ ਹੈ ਇਹ ਦੇਸੀ ਮੁਰਗੇ ਤੰਦੂਰ ਦੀ ਰੋਟੀ ਸਾਗ ਠੀਕ ਹੈ ਜੀ ਤੇ ਲੋਕ 5 ਸਟਾਰ ਹੋਟਲਾਂ 'ਚ ਜਾਣੇ ਜਾਣੇ ਲੇਕਿਨ ਆਪਣਾ ਜਿਹੜਾ ਕਲਚਰ ਹੈ ਉਹਦੀ ਜਾਗਰ ਕਰੋ ਜੀ ਉਸਤਾਦ ਇਹ ਪਤਾ ਕੀ ਹੈ ਇਹ ਨਵਾਂ ਕੋਚ ਹੈ ਨਾ ਇਹ ਨਵਾਂ ਜਨਰੇਸ਼ਨ ਸੁਣੋ ਨਾ ਇਹ ਅੰਗਰੇਜ਼ੀ ਸਕੂਲਾਂ ਪੜ੍ਹਨੇ ਬੱਚੇ ਅੱਜ ਪਤਾ ਦੁਆ ਦੇ ਇਹਨੇ ਕਿ ਆਪਣਾ ਪਟਵਾਰੀ ਕਲਚਰ ਜਿਹੜਾ ਨਾ ਇਹ ਰਾਜੇ ਨੂੰ ਬੜਾ ਚੰਗਾ ਕੰਮ ਕੀਤਾ ਇਹਨੇ ਕਿ ਪਤਾ ਲੱਗ ਸੀ ਵਾਹ ਭਾਈ ਤੰਦੂਰ ਹੈ ਰੋਟੀ ਕਿਆ ਹੋਣੀ ਸਾਗ ਕਿਆ ਹੋਣਾ ਦੇਖ ਵੀ ਪਕੜੀ ਹੋ ਕਿਆ ਹੋਣੀ ਇਹ ਤਾਂ ਅੰਗਰੇਜ਼ੀ ਵੀ ਉਹਨਾਂ ਨੇ ਨਾ ਕਿੰਨੇ ਉਹ ਰਾਜਾ ਸਾਹਿਬ ਇਹ ਦੱਸੋ ਅੱਜ ਕਿਹੜੇ ਕੁਸਨੇ ਆਜ਼ਾਦ ਹੀ ਤੇ ਕਿਹੜੇ ਸਾਹਿਬ ਹੈ ਤੇ ਉਹ ਆ ਜਨਾਬ ਮੇਰਾ ਬੜਾ ਲਾਡਲਾ ਤੇ ਪਿਆਰਿਆ ਜਿਹਾ ਭਤੀਜਾ ਰਾਜਾ ਰੋਹਿਲ ਸਕਲੇਨ ਸਾਹਿਬ ਮਾਸ਼ਾਅੱਲਾ ਮਾਸ਼ਾਅੱਲਾ ਕੱਲ ਉਸ ਪਰਸੂ ਨੇ ਮੇਰੇ ਆਜ਼ਾਦੀ ਦਿੱਤੀ ਸੀ ਅੱਜ ਮੈਂ ਇਹਨਾਂ ਨੇ ਆਜ਼ਾਦੀ ਦਿੱਤੀ ਜੀ ਉਹ ਅਗਲਾ ਨੰਬਰ ਇਹਨਾਂ ਨਾਲ ਨਾ ਲਾਈਏ ਤੇ ਉਹ ਜਿਹੜਾ ਬੰਦਾ ਦਵਾ ਮੰਗਦੀ ਉਸੇ ਪਹਿਲੇ ਬਾਈ ਛੋੜਦਾ ਭਾਈ ਅੱਲਾ ਕਰੇ ਇਹ ਜੀ ਰੋਕ ਆ ਹਫਤੇ ਬਾਅਦ ਲੜੀਆਂ ਨਾ
ਹੁਣ ਰਾਇਲ ਸਾਹਿਬ ਉਹ ਅਸਾਂ ਉਹ ਦੇਸੀ ਮੁਰਗੇ ਜਨਾਬ ਦੇਖ ਛੇ ਤੱਕਣਾ ਜਾਣੇ ਆ। ਆਓ ਜੀ ਆਓ ਆਓ ਉਹ ਆਓ ਜੀ ਆਓ ਉਸਤਾਦ ਜੀ ਆਓ ਹਾਂਜੀ ਉਹ ਪਹੁੰਚਣ ਦੇ ਉਸਤਾਦ ਜੀ ਆਓ ਆਓ ਪਹੁੰਚਣ ਦਿਓ ਉਸਤਾਦ ਜੀ। ਹਾਂਜੀ ਇਹ ਕਿਆ ਕਰੂ ਉਹ ਦੇਸੀ ਮੁਰਗਾ ਸਾਦ ਉਹ ਪਕੌੜੇ ਉਹ ਬੁਣਨਾ ਲਗਾ ਸਾਹ ਜੀ ਥੱਲੇ ਲੱਗੀ ਨਾ ਕਿਛਾ ਬੜੀ ਖੁਸ਼ਬੂ ਹੀ ਸਾਹ ਜੀ ਉਹ ਜੀ ਵਾ ਓਏ ਹੋਏ ਹੋਏ ਧੂੰਆਂ ਧੂੰਆਂ ਹੀ ਚਾਈ ਗਿਆ ਓਏ ਹੋਏ 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 ਕੈਮਰੇ ਗਏ ਧੂੰਆਂ ਆ ਗਿਆ ਸਾ ਹੈ ਜੀ ਓਏ ਹੋਏ ਇਹ ਰਾਜਾ ਜਮਸ਼ੇਦ ਹੋਰੀ ਆ ਗਏ ਨੇ ਨਾ ਮਾਸ਼ਾਅੱਲਾ ਮਾਸ਼ਾਅੱਲਾ ਇਹ ਵੀ ਜਨਾਬ ਹੈ ਅੱਛਾ ਹਲੋ 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 ਜੀਓ ਜੀਓ ਓਏ ਹੋਏ 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 ਕੁੱਕੜ ਵਾਲੇ ਆਈਏ ਬਾਲਣ ਤੰਦੂਰ ਤੰਦੂਰ ਜੀ ਅੱਜ ਤੰਦੂਰ ਆਣੀਆਂ ਰੋਟੀਆਂ ਖਾਣੀਆਂ ਆਓ ਆਓ ਸਾਹ ਜੀ ਹਾਂਜੀ ਇਹ ਦੇਖੋ ਨਾ ਕੁਰਸੀਆਂ ਟੇਬਲ ਹੀ ਲੱਗੇ ਤੇ ਇੱਧਰ ਦੇਖੋ ਨਾ ਮਹਿਮਾਨ ਬਹੁਤ ਸਾਰੇ ਆਏ ਰਾਜੇ ਹੋਰਾਂ ਨੇ ਹੈ ਜੀ ਤੇ ਕੁੱਕੜ ਹੀ ਤਕਰੀਬਨ ਆਖਰੀ ਮੱਲਿਆ ਵਿੱਚ ਹੈ ਹੁਣ ਇੰਨਾ ਹੀ ਚਾਹੀਦਾ ਕਿ ਤਾਰਫ ਵੀ ਕੋਈ ਕਰਾਉਣ ਬੰਨਿਆ ਨਾ ਬਿਸਮਿਲਾ 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 ਜਨਾਬ ਰਾਏ ਜੀ ਇਹ ਰਾਏ ਜੀ ਤਾਰਫ ਕਰਾ ਸਾਰੇ ਮਹਿਮਾਨਾਂ ਦਾ ਜੇ ਅਗਰ ਕੰਮ ਤਿਆਰ ਹੈ ਤੁਸੀਂ ਦੇਰ ਵੀ ਹੋਣੀ ਅੱਛਾ ਛੱਡੋ ਗਿਆ ਫਿਰ ਸਵਾਦ ਹੀ ਅੱਛਾ ਲਗਾ ਅੱਛਾ ਰਾਜਾ ਤਾਰਫ ਰਸ ਮਹਿਮਾਨ ਰਾਜਾ ਜੀ ਆਓ ਨਾ ਸ਼ੁਰੂ ਕਰੋ ਇਹ ਜਨਾਬ ਰਾਜਾ ਨਾਮ ਸਾਹਿਬ ਜੀ 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 ਇਹ ਰਾਜਾ ਸ਼ਾਹ ਜ਼ਫਰ ਸਾਹਿਬ ਜੀ ਬਿਸਮਿਲ੍ਲਾ ਇਹ ਵੀ ਜਨਾਬ ਅੰਤਰੀ ਬਾਹਰ ਜਾ ਰਹੇ ਹੈ ਮਾਸ਼ਾਅੱਲਾ ਰਾਜਾ ਜਮਸ਼ੇਦ ਸਾਹਿਬ ਜੀਓ ਰਾਜਾ ਜਮੀਲ ਸਾਹਿਬ ਇਹ ਜਨਾਬ ਮਾਨੀ ਸਾਹਿਬ ਮਾਨੀ ਚੱਠਾ ਸਾਹਿਬ ਅੱਛਾ ਠੀਕ ਹੈ ਜੀ ਮੀਰ ਹਮਜ਼ਾ ਰਾਜਾ ਸਾਹਿਬ ਰਾਜਾ ਰੋਏ ਸਕਲੇਨ ਮੇਰੇ ਭਤੀਜੇ ਕੀ ਤੁਸੀਂ ਜਾਣਦੇ ਹੀ ਨਾ ਸਪੈਸ਼ਲ ਦਾਵਾ ਜਿੰਨਾ ਨਹੀਂ ਹੈ ਸਪੈਸ਼ਲ ਮੈਂ ਇਸਰੇ ਨਾਲ ਖੱਲੇ ਵਾਸਤੇ ਵੀ ਥੱਲਾ ਕੋ ਚੀਜ਼ ਰੱਖੀ ਪਈ ਰਾਜਾ ਸਾਹਿਬ ਵਾਹ ਜੀ ਵਾਹ ਰਾਜਾ ਜੀ ਦਾ ਸਭ ਭਾਈ ਬੜੇ ਮਾਸ਼ਾਅੱਲਾ ਜੀ ਰਾਜਾ ਕਨਵਾਸ ਸਾਹਿਬ ਫਰਮ ਯੂਕੇ ਮਾਸ਼ਾਅੱਲਾ ਸਾਡੇ ਬੜੇ ਸਾਡੇ ਛੀ ਕਜ਼ਨ ਨੇ ਤੇ ਬੜੇ ਪਿਆਰੇ ਮਾਸ਼ਾਅੱਲਾ ਜੀ ਹਾਂਜੀ ਇਹ ਚੌਧਰੀ ਗਲਾਮ ਸਾਬਰ ਸਾਹਿਬ ਜੀ ਜ਼ਿੰਦਾਬਾਦ ਕਲੈਨ ਸਾਹਿਬ ਤੋਂ ਬਾਅਦ ਜਨਾਬ ਉਹ ਇੱਥੇ ਆਉਣ ਉਹਨਾਂ ਨੇ ਵੀ ਇੰਚਾਰਜ ਹੈ ਸਾਡੇ ਵੀ ਇੰਚਾਰਜ ਹੈ ਸਾਡੇ ਬੜੇ ਭਾਈ ਹੈ ਜਨਾਬ ਅੱਜ ਅਲੀ ਅਕਾਸ ਕੀ ਮਿਸ ਕਰਨਾ ਪਿਆ ਉਹ ਹਾਲੇ ਤੱਕ ਨਹੀਂ ਆਇਆ ਅੱਛਾ ਪਾਂਜਾ ਮੇਰਾ ਅਤੇ ਮੇਰੇ ਭਰਾ ਜਨਾਬ ਬੜੇ ਰਾਜਾ ਖਾਲਦ ਮਹਿਮੂਦ ਜੰਝੂਆ ਸਾਹਿਬ ਅਤੇ ਮੇਰੀ ਜਾਨ ਜਿਗਰ ਹੈ ਜੀ ਇਹ ਜਨਾਬ ਰਾਜਾ ਅਦਨਾਨ ਜ਼ਫਰ ਸਾਹਿਬ ਜੀ ਰਾਮ ਥਰਜਾਨ ਰਾਜਾ ਨਜ਼ਾਕਰ ਸਾਹਿਬ ਔਰ ਇਹ ਸਾਡਾ ਬੇਟਾ ਹੈ ਭਤੀਜਾ ਛੋਟਾ ਠੀਕ ਹੈ ਜੀ ਰਾਜਾ ਰਹਿਮਤ ਅਲੀ ਸਾਹਿਬ ਵਾਹ ਜੀ ਵਾਹ ਮਸ਼ਹੂਰ ਸ਼ਖਸੀਅਤ ਜਨਾਬ ਰਾਜਾ ਜਮੀਲ ਚੱਠਾ ਸਾਹਿਬ ਰਾਜਾ ਅਦਨਾਨ ਸਾਹਿਬ ਵਾਹ ਰਾਜਾ ਸਾਹਿਬ ਤੁਸੀਂ ਆਪ ਬੋਲੋ ਜਨਾਬ ਖੜਗੀ ਬੋਲੋ ਸਪਤੈਨ ਅਲੀ ਰਾਜਾ ਸਪਤੈਨ ਅਲੀ ਜਿੰਦਾ ਰਾਜਾ ਤਲਾਲ ਹਸਨ ਸਾਹਿਬ ਵਾਹ ਜੀ ਵਾਹ ਰਾਜਾ ਅਹਿਮਦ ਹਸਨ ਸਾਹਿਬ ਤੇ ਅਸੀਬ ਹਸਨ ਮੇਰਾ ਬੜਾ ਬੇਟਾ ਜਨਾਬ ਜਿੰਦਾਬਾਦ ਮਾਸ਼ਾਅੱਲਾ ਤੇ ਹੁਣ ਕੰਮ ਤਿਆਰ ਹੋ ਸੀ ਨਾ
ਬਿਲਕੁਲ ਜਨਾਬ, ਕੰਮ ਰੈਡੀ ਆ, ਬਸ 2 ਮਿੰਟ ਦੀ ਗੱਲ ਹੈ ਇਨਸ਼ਾਅੱਲਾ ਤਾਲਾ। ਅੱਛਾ, ਸਾਰਿਆਂ ਭਰਾਵਾਂ ਕੀ ਜਨਾਬ, ਅੱਜ ਅਸਾਂ ਕਲਚਰਲ ਫੂਡ ਨਾਲ ਜਨਾਬ ਤੁਹਾਡੀ ਖਿਦਮਤ ਕਰਦੇ ਹਾਂ। ਮਾਸ਼ਾਅੱਲਾ ਮਾਸ਼ਾਅੱਲਾ, ਬੜਾ ਪਿਆਰਾ ਮੋਹ, ਮੇਰੇ ਭਾਈ ਕੀ ਨਾਲ ਆਣੀ ਕਿ ਅਸਾਂ ਚਾਰ ਚੰਦ ਲਾ ਦਿੱਤੇ। ਲਓ ਜੀ ਲਓ ਜੀ, ਇਹ ਸਾਜੀ ਦੇਖ ਉਹ ਲੈ ਗਈ, ਦੇਖ ਲੈ ਗਈ, ਚਲੋ ਚਾਹੀਏ ਸਾਲ ਹੋ ਕਿਹੜੇ ਚੱਕਰਾਂ ਦੇ। ਉਸਤਾਜੀ ਉਹ ਕੁੱਤੇ ਚੁੱਲੇ ਹੋ ਕੇਸ਼ ਪਾਇਆ ਹੈ ਰਾਏ ਜੀ, ਉਸਤਾਦ ਹੋ ਕੇ ਕਰਨੇ ਪਏ ਸਾਗ ਪੂਰਾ ਚਾਹੀਦਾ ਲੈ ਲੈ। ਇਹ ਦੇਖੋ ਜੀ ਮਾਸ਼ਾਅੱਲਾ ਡੇਰੇ ਨਾ ਵਿਊ ਜ਼ਬਰਦਸਤ ਜੀ, ਇਹ ਸਪਲਾਈ ਜਾ ਰਹੀ ਹੈ ਜੀ। ਤਾਜੀ ਕੁੱਤੇ ਚਾਹੀ ਚੁੱਲੇ ਨੇ ਜਾ ਰਹੇ ਨੇ ਉਸਤਾਦ ਜੀ, ਕਿਆ ਕਰਨੇ ਹੋ ਪਏ ਜੀ, ਤਿਆਰ ਹੈ ਜੀ ਉਸਤਾਦ ਡੋਂਗੇ ਸਮਝੇ ਗਏ ਨਾ, ਮਾਲ ਚੰਗਾ ਉੱਠੀ ਆਏ ਬੰਦੇ, ਉੱਠੀ ਆਏ ਜੀ। ਸਾਜੀ ਟੇਬਲ ਸੰਭਾਲੋ ਨਾ, ਤੁਸਾਂ ਕਿਹੜੇ ਪਾਸਾ ਲਈ ਵੇ ਹੋ ਸਾਜੀ, ਇਹ ਚਾਹੀ ਚੋਲੀ ਆ ਉੱਤੇ ਹੀ ਲਗੋ ਉਸਤਾਦ ਜੀ, ਇਹਨਾਂ ਭਾਈ ਹੋਰਾਂ ਸਾਰੀਆਂ ਚੋਲੀਆਂ ਬਾਈਕ ਦੀਆਂ ਹੈ ਜੀ, ਤੁਸਾਂ ਚਾਹੀ ਕਿਨੋਂ ਜੀ ਕਿਹੜੀ ਗੱਲ ਜੀ, ਆ ਲਓ ਫਿਰ ਡੋਗਾ ਪਕੜੋ ਉਸਤਾਦ ਜੀ, ਡੋਗਾ ਪਕੜੋ ਮੁਕਾਓ ਬੋ ਬੋ ਰੋਟੀਆਂ ਲਾਏ ਤਾਜੀ, ਕਹਿ ਤਾਜੀ ਕਹਿ ਕਹਿ ਆਪਣਾ ਕੰਮ ਪਾਈ ਗਿਆ ਹੈ ਹਾਂ, ਜਿੰਦਾਬਾਦ ਜੀ ਸਾਹਿਬ, ਇੱਥੇ ਹੀ ਪਏ ਦਿਖਾਉਣੇ ਆ ਸਾਹ ਜੀ, ਆਏ ਹਾਏ 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 ਮਜ਼ਾ ਆ ਗਿਆ ਸਾਹ ਜੀ, ਦੇਸੀ ਕੁੱਕੜਾ ਦਾ ਠੱਡਾ ਹੋਇਆ ਕੰਮ, ਹੁਣ ਮੈਂ ਵੀ ਖਾਈ ਕੇ ਨਾ ਉਸਤਾਦ ਜੀ, ਇੱਥੇ ਸੈਣਾ ਨੀ, ਹੈਲੋ ਉਸਤਾਦ ਜੀ, ਇੱਥੇ ਸੈਣਾ ਨੀ, ਹੁਣ ਘਰ ਵੀ ਜਾਣਾ, ਹਾਂ ਹੁਣ ਦਾਵਤ ਹੋਏਗੀ ਖਤਮ, ਹੁਣ ਚੱਲਣੇ ਵਾਲਾ ਕੰਮ ਕਰੋ,
ਖਾਂਦਾ ਸੀ ਸਾਗ ਲੱਸੀ ਵਾਲਾ ਅੱਛਾ ਦੇਸੀ ਮੁਰਗੇ ਹਲਾ ਠੰਡੀਆਂ ਠੰਡੀਆਂ ਬੋਤਲਾਂ ਤੇ ਅਪਰੂ ਠੰਡੀ ਜਾਂ ਖੀਰ ਓਏ ਇਹ ਦੋ ਦਿਨ ਕਰਦਾ ਹੁੰਦਾ ਇੱਥੇ ਹੀ ਮਤਲਬ ਓ ਓ ਨਹੀਂ ਨਹੀਂ ਇਹ ਰਾਜੇ ਦਾ ਡੇਰਾ ਇਕੱਠਾ ਕਰਨਾ ਡੇਰੇ ਪਰ ਖਾਣਾ ਖਵਾਉਣਾ ਠੀਕ ਹੈ ਮੁਕਤਾ ਬਣਨਾ ਇਹਨਾਂ ਦੀ ਮੁਕਤਾ ਬਣਨਾ ਜਿਹੜਾ ਸੁੱਕੀ ਆ ਦੇਸ਼ ਦੇਸੀ ਮੁਰਗੇ ਪੱਕੇ ਦਾ ਚਲਾ ਚਲਾ ਕੰਮ ਪੂਰੀਆਂ ਰੋਟੀਆਂ ਆਪਣੀ ਪਈ ਇਸ ਪਤਾ ਤੂੰ ਧਿਆਨ ਹੀ ਨੀ ਨਾ ਇਹ ਵੀ ਬਹੁਤ ਬੜੀ ਮਤਲਬ ਅੱਛੀ ਸੋਚ ਹੈ ਕਿ ਸਾਰੇ ਸੰਗੀ ਦੋਸਤਾਂ ਕੀ ਅਹਿਬਾਬ ਇਕੱਠਾ ਕਰਨੇ ਤਾਂ ਜੇ ਬਜ਼ੁਰਗਾਂ ਨੇ ਰੀਤ ਚੱਲੀ ਸੀ ਉਸਕੇ ਜ਼ਿੰਦਾ ਰੱਖਿਆ ਜੀ ਉਹ ਰਾਏ ਸਾਹਿਬ ਬਹੁਤ ਸ਼ੁਕਰੀਆ ਮੁਕਤਾ ਨਾ ਅਸਾਂ ਵੀ ਸ਼ਾਮਿਲ ਹੋਇਆ ਇੱਕ ਉਕੜਾ ਲੈ ਚੱਕਰਾ ਬੋਲੀ ਜੀ ਮੇਰੀ ਇਹ ਖੁਆਇਸ਼ ਹੈ ਕਿ ਤੁਹਾਨੂੰ ਦੋਸਤ ਵੀ ਬਹੁਤ ਜਿੰਨੇ ਦੋਸਤ ਦੇ ਬਹਿਣ ਆ ਕੇ ਗੱਪਸ਼ਪ ਮਾਰਾਂ ਖਾਣਾ ਰੋਜ਼ ਖਾਣੇ ਰਹਿਣੇ ਲੋਕ ਆਪਣੇ ਘਰੋਂ ਅੱਛਾ ਖਾਣੇ ਲੇਕਿਨ ਇੱਕ ਮੇਲ ਬਹਿਣ ਨਾਲ ਬਾਣਾ ਆਉਣਾ ਹੈ ਅਤੇ ਦੂਸਰਾ ਅਸਾਂ ਮੈਂ ਤੁਹਾਨੂੰ ਦੱਸਿਆ ਕਿ ਆਪਣੇ ਕਲਚਰ ਕੀ ਕੋਸ਼ਿਸ਼ ਕਰਨਾ ਦਾ ਜ਼ਿਆਦਾ ਜ਼ਿਆਦਾ ਪਠਵਾਰ ਬਹੁਤ ਸ਼ੁਕਰੀਆ ਜੀ ਮਾਪਾ ਸ਼ੁਕਰੀਆ ਜਨਾਬ ਰਾਜ ਜੀ ਮਾਸ਼ਾਅੱਲਾ ਹਾਏ ਹਾਏ ਠੀਕ ਹੈ ਸਾਹਿਬ ਜੀ ਜੁੜੀਆ ਚਲੋ ਛੋੜੀਆ ਇਹਨਾਂ ਨੇ ਇਜਾਜ਼ ਵੀ ਦਾਵਤ ਸੀ ਨਾ ਜੀ ਇਹਨਾਂ ਨੇ ਇਜਾਜ਼ ਵੀ ਦਾਵਤ ਸੀ ਹਾਂ ਯੂਕੇ ਵਾਲੇ ਨੇ ਯੂਕੇ ਵਾਲੇ ਜੀ ਠੀਕ ਹੈ ਸੰਗੀਓ ਬੇਲੀਓ ਜ਼ਿੰਦਗੀ ਰਹੀ ਤੇ ਫਿਰ ਕਿਸੇ ਹੋਰ ਮੌਕੇ ਪਰ ਅੱਲਾ ਸੋਹਣੇ ਵਾਲਾ